ਸਤਿ ਸ਼੍ਰੀ ਅਕਾਲ ਜੀ। ਆਪਾਂ ਨੁਕਤਾ ਲੈ ਕੇ ਆਏ ਹਾਂ ਵੀ ਜਿਹੜਾ ਅੱਜ ਕੱਲ੍ਹ ਬਹੁਤ ਬਿਮਾਰੀ ਆਉਣ ਡਈ ਕਬੂਤਰਾਂ ਦੇ ਮੂੰਹ ਦੇ ਵਿੱਚ, ਫਿਮਸਰੀਆਂ, ਦਾਣੇ ਅਤੇ ਰੇਸ਼ਾ ਵੀ ਹੋਣ ਡਈ ਆ। ਕਈਆਂ ਵੀਰਾਂ ਦੇ ਕਬੂਤਰ ਵੀ ਬਹੁਤ ਮਰ ਗਏ ਆ, ਅਤੇ ਉਹ ਕਾਹਦੇ ਵਾਸਤੇ ਬਿਮਾਰੀ ਕਾਹਤੋਂ ਹੁੰਦੀ ਆ, ਕੀ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਬੂਤਰਾਂ ਵਾਸਤੇ। ਉਹ ਜਿੱਦਾਂ ਆਪਣੇ ਅੰਦਰ ਬਿੱਠਾ ਆ, ਤੁਸੀਂ ਬਿੱਠਾ ਨਹੀਂ ਸਾਫ਼ ਕਰਦੇ, ਅਤੇ ਉਹਦੀ ਗਰਮੈਸ਼ ਦੇ ਨਾਲ ਕਬੂਤਰਾਂ ਦੀਆਂ ਪਹਿਲਾਂ ਅੱਖਾਂ ਖਰਾਬ ਹੁੰਦੀਆਂ, ਉਹਦੇ ਨਾਲ ਹੌਲੀ ਹੌਲੀ ਗਰਮੀ ਦੇ ਨਾਲ ਅੰਦਰ ਗਰਮੀ ਪੈ ਕੇ ਮੂੰਹ ਪੱਕ ਜਾਂਦਾ ਉਹਨਾਂ ਦਾ। ਅਤੇ ਉਹਨਾਂ ਲਈ ਆਪਾਂ ਇੱਕ ਨੁਸਖਾ ਲੈ ਕੇ ਆਏ ਹਾਂ ਛੋਟਾ ਜਿਹਾ, ਅਤੇ ਬਹੁਤ ਵਧੀਆ ਆ, 100% ਇਹਨਾਂ ਰਿਜ਼ਲਟ ਆ ਇਸ ਚੀਜ਼ ਦਾ। ਟੈਬਲੇਟ ਆ ਅਤੇ ਆਹ ਆਪਣਾ ਨੁਕਤਾ ਆ, ਅਤੇ ਇਹ ਜਦੋਂ ਗਰਮੀ ਪੈਂਦੀ ਮੈਦੇ ਦੇ ਵਿੱਚ, ਉਹਦੇ ਨਾਲ ਗਰਮੀ ਪੈਣ ਨਾਲ ਮੂੰਹ ਪੱਕਦਾ ਹੌਲੀ ਹੌਲੀ, ਮੂੰਹ ਪੱਕਣ ਦੇ ਨਾਲ ਬਾਅਦ 'ਚੋਂ ਰੇਸ਼ਾ ਬੱਚਾ ਮਰ ਵੀ ਜਾਂਦਾ, ਬਚਦੇ ਨਹੀਂ ਜਾਨਵਰ। ਅਤੇ ਤੁਸੀਂ ਉਹਦੇ ਲਈ ਲੈਣਾ ਕੀ ਆ, ਇੱਕ ਅਨਾਰਦਾਣਾ ਲੈਣਾ, ਠੀਕ ਹੈ। ਇਹਦੇ ਤੁਸੀਂ ਇੱਕ ਕਬੂਤਰ ਵਾਸਤੇ ਚਾਰ ਦਾਣੇ ਅਨਾਰਦਾਣੇ ਦੇ, ਅਤੇ ਇੱਕ ਚੁਟਕੀ ਅਜਵੈਣ ਦੀ, ਅਤੇ ਇਹਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਨਾ ਭਿਓ ਕੇ ਰੱਖ ਦੇਣਾ ਰਾਤ ਨੂੰ। ਸੁਬਹਾ ਤੁਸੀਂ ਸਵੇਰੇ ਜਦੋਂ ਕਬੂਤਰ ਖੋਲ੍ਹਣੇ ਆ, ਤੁਸੀਂ ਜਾ ਕੇ ਕੋਈ 8-9 ਵਜੇ 10 ਵਜੇ ਜਿੰਨੇ ਵਜੇ ਵੀ ਖੋਲ੍ਹਦੇ ਆ, ਉਹ ਤੁਸੀਂ ਸਵੇਰੇ ਉਹ ਪਾਣੀ ਦੇ ਦੇਣਾ 5 ਮਿਲ ਵਿੱਚ, ਉਹ ਭਿਆ ਵਾ ਪਾਣੀ ਛਾਣ ਕੇ ਉਹਦਾ 5 ਮਿਲ ਪਾਣੀ ਦੇ ਕੇ, ਅਤੇ ਆਹ ਟੈਬਲੇਟ ਇੱਕ, ਇਹ ਮੈਂ ਤੁਹਾਨੂੰ ਉੱਤੇ ਸਕਰੀਨ 'ਤੇ ਪਾ ਵੀ ਦੇਵਾਂਗਾ ਇਹਦਾ ਫੋਟੋ। ਅਤੇ ਇਹ ਤੁਸੀਂ ਚੌਥਾ ਹਿੱਸਾ ਲੈਣਾ, ਇਸ ਟੈਬਲੇਟ ਦਾ ਚੌਥਾ ਹਿੱਸਾ ਲੈਣਾ ਆ, ਅਤੇ ਉਹ ਤੁਸੀਂ ਆਹ ਪਾਣੀ ਦੇਣ ਤੋਂ ਬਾਅਦ ਚੌਥਾ ਹਿੱਸਾ ਦੇ ਕੇ ਧੁੱਪੇ ਪਾ ਦੇਣਾ, ਅਤੇ ਤੁਹਾਨੂੰ ਬੜੀ ਹੱਦ ਤੱਕ ਘੰਟਾ ਨਹੀਂ ਤਾਂ 2 ਘੰਟੇ ਤੱਕ ਇਹਦਾ ਰਿਜ਼ਲਟ ਮਿਲ ਜੂਗਾ, ਐਨ ਮੂੰਹ ਸਾਫ਼ ਹੋਊਗਾ ਘੰਟਾ 2 ਘੰਟੇ ਦੇ ਅੰਦਰ ਅੰਦਰ। ਅਤੇ ਆਹ ਟੈਬਲੇਟ ਆ, ਤੁਸੀਂ ਆਪਣਾ ਰੁਖਸਾ ਅਤੇ ਦੱਸਿਓ ਕਿੱਦਾਂ ਦਾ ਲੱਗਾ, ਅਤੇ ਟਰਾਈ ਜ਼ਰੂਰ ਕਰਿਓ। ਮੈਂ ਖੁਦ ਟਰਾਈ ਕਰਕੇ ਦੇਖ ਲਿਆ, ਮੈਨੂੰ ਫਾਇਦਾ ਹੋਇਆ ਇਸ ਚੀਜ਼ ਦਾ, ਮੈਂ ਤਾਂ ਕਰਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ। ਅਤੇ ਜ਼ਰੂਰ ਸ਼ੇਅਰ ਕਰਿਓ ਵੀ ਕਿਸੇ ਗਰੀਬ ਦੇ ਕਬੂਤਰ ਬਚ ਜਾਣਗੇ, ਜਿਨ੍ਹਾਂ ਦੀ ਵਿਚਾਰਿਆਂ ਦਾ ਕਈਆਂ ਦੇ ਕੁੱਤਿਆਂ ਦੇ ਕੁੱਤੇ ਖਾਲੀ ਹੋ ਗਏ ਹੈ ਨਾ। ਅਤੇ ਇਹਦਾ ਬਹੁਤ ਫਾਇਦੇਮੰਦ ਆ ਗੋਲਡ ਟੈਬਲੇਟ, ਇਹ ਨੁਸਖਾ। ਅਤੇ ਬਾਈ ਸਤਿ ਸ਼੍ਰੀ ਅਕਾਲ, ਅਤੇ ਤਾਂ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਨੁਸਖਾ ਲੱਗਾ ਇਹ। ਅਤੇ ਓਕੇ ਬਾਈ, ਸਤਿ ਸ਼੍ਰੀ ਅਕਾਲ।